ਉਹਨਾਂ ਦੇ ਨਾ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਨਾਲ ਲੱਗਦਾ ਉਹਨਾਂ ਨੂੰ ਹੋਸਪਿਟਲ ਲੈ ਕੇ ਗਏ ਹਾਂ, ਠੀਕ ਆ, ਅਤੇ ਜਾ ਕੇ ਐਡਮਿਟ ਕਰਵਾਇਆ, ਸਕੈਨਿੰਗ ਸਕੂਨਿੰਗ ਹੋਈ ਉਹਨਾਂ ਦੀ, ਅਤੇ ਸਕੈਨ ਸਕੂਨ ਕਰਵਾ ਕੇ ਦੱਸਿਆ ਉਹਨਾਂ ਨੇ ਕਿ ਬੇਬੀ ਅਤੇ ਮਾਂ ਤਾਂ ਠੀਕ ਆ ਪਰ ਕੁਛ ਕੰਪਲੀਕੇਸ਼ਨਸ ਹੈਗੀਆਂ ਵਿੱਚ ਉਹਦੇ। ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਾ, ਟੈਨਸ਼ਨ ਨਾ ਲਓ। ਵੀ ਜਦੋਂ ਜੋ ਕਰਦਾ ਪਰਮਾਤਮਾ ਚੰਗੇ ਲਈ ਕਰਦਾ, ਆਪਾਂ ਮਾੜਾ ਨਹੀਂ ਸੋਚਣਾ ਕਦੀ ਵੀ, ਵਾਹਿਗੁਰੂ ਜੋ ਕਰੂੰਗਾ ਚੰਗਾ ਹੀ ਕਰੂੰਗਾ। ਹਾਂਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਅੱਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰੌਂਠਿਆਂ ਦੇ ਨਾਲ, ਅਤੇ ਆਹ ਦੇ ਅੱਜ ਦਾ ਆਪਾਂ ਫੋਨ ਕਰਾਇਆ ਬੰਦ, ਸਵੇਰ ਦਾ ਹੁਣ ਦਿੱਤਾ ਫੋਨ ਇਹਨੂੰ, ਪਹਿਲਾਂ ਨਹੀਂ ਦਿੱਤਾ। ਰੁਕ ਜਾ ਜੇ ਮੈਡਮ, ਮੈਂ ਬਲੌਗ ਬਣਾਉਂਦਾ ਪਿਆ ਹਾਂ, ਤੇਰੇ ਵਿੱਚ ਆਹ ਹੀ ਸੁਣੀ ਜਾਣਾ ਦਾ ਟੁਣ ਟੁਣ ਨੂੰ, ਅਤੇ ਉੱਧਰ ਸਾਡੀ ਫਿਉਣਾ ਬਣਾ ਰਹੀ ਆ ਪਰਾਂਠੇ, ਮੈਨੂੰ ਪਰਾਂਠੇ ਬਣਾ ਕੇ। ਕੱਲ੍ਹ ਮੈਂ ਖਾਧੇ ਸੀ, ਕੱਲ੍ਹ ਸ਼ਾਮੇ ਖਾਧੇ, ਅੱਜ ਕਹਿੰਦੇ ਫਿਰ ਪਰੌਂਠੇ ਬਣਾਉਣੇ ਆ। ਆਲੂ ਹੁਣ ਬਹੁਤ ਜ਼ਿਆਦਾ ਸਿੰਮੋ ਹੋ ਗਏ ਆ। ਕੀ ਪਤਲੇ? ਉਹ ਪੋਲੇ ਪੈ ਗਏ ਆ। ਆਲੂ ਬਹੁਤ ਜ਼ਿਆਦਾ ਪੋਲੇ ਪੈ ਗਏ, ਪਰਾਂਠੇ ਚੱਲ ਨਾ ਪੱਕਦੇ ਨਹੀਂ ਪਏ। ਕੋਈ ਨਹੀਂ, ਜੁੱਤਾਂ ਨੇ ਪੱਕ ਲਏ, ਆਪਾਂ ਪਾ ਲੈਣੇ। ਮੈਂ ਤਾਂ ਮੈਂ ਸਵੇਰ ਦਾ ਗਿਆ ਹਾਂ ਸੀ ਕਿਸੇ ਕੰਮ 'ਚ, ਫਿਰ ਉਹਨਾਂ ਨੇ ਕਹਿਣਾ 3-4 ਦਿਨ ਹੋ ਗਏ, ਸਵੇਰੇ ਹੀ ਨਿਕਲ ਜਾਂਦੇ ਆ। ਅੱਜ ਫਿਰ ਮੈਂ ਕਿਸੇ ਕੰਮ ਗਿਆ ਹੋਇਆ ਸੀ ਤੇ 1 ਘੰਟਾ ਤਾਂ ਬਾਹਰ ਆ ਕੇ ਫੋਨ ਤੇ ਲੱਗਾ ਰਿਹਾ। ਇਹ ਕਹਿੰਦੀ ਤੂੰ ਕਿੰਨਾ ਟਾਈਮ ਲਾ, ਤੁਸੀਂ ਤਾਂ ਕਦੋਂ ਦੇ ਆ ਗਏ ਸੀਗੇ ਲੱਗ ਗਏ, ਫਿਰ ਚਲ ਗਏ ਸੀ। ਨਹੀਂ, ਮੈਂ ਕਿਹਾ ਇੱਥੇ ਬਾਹਰ ਹੀ ਖੜਾ ਸੀਗਾ ਗੱਡੀ 'ਚ, ਲੱਗੀ ਹੋਈ ਦੇ ਨੂੰ। ਤੇ ਅੱਜ ਤੋਂ ਆਪਣੇ ਕੀ ਕਹਿੰਦੇ ਹੁੰਦੇ ਆ, ਮੈਂ ਵੀ ਨਾਲ ਆਉਣਾ, ਥੋੜੇ ਦਿਨ ਹੋ ਗਏ, ਮੈਂ ਥੋੜ੍ਹਾ ਬਿਜ਼ੀ ਸੀਗਾ, ਤੇ ਹੁਣ ਮੈਂ ਵੀ ਨਾਲ ਹੀ ਵਲੌਗ ਬਣਾਇਆ ਕਰਨਾ ਸਾਰਾ ਦਿਨ ਆਪਣੇ ਫਿਉਣਾ ਦੇ ਨਾਲ, ਠੀਕ ਆ। ਅਤੇ ਕੀ ਕਹਿੰਦੇ ਹੁੰਦੇ ਆ, ਥੋੜ੍ਹਾ ਜਿਹਾ ਦਿਨ ਹੈਲਪ ਵੀ ਕਰਾਉਣੀ, ਦੁਬਾਰਾ ਸਟਾਰਟ ਕਰਾਂ। ਮੈਂ ਥੋੜ੍ਹਾ ਬਿਜ਼ੀ ਹੋ ਗਿਆ ਸੀਗਾ ਕਿਸੇ ਹੋਰ ਕੰਮਾਂ ਦੇ ਵਿੱਚ, ਕਿਉਂਕਿ ਮੈਂ ਜਿਹੜਾ ਆਪਣਾ ਕੰਮ ਕਰਦਾ ਸੀਗਾ ਉਹ ਥੋੜ੍ਹਾ ਜਿਹਾ ਉਹ ਹੋ ਗਿਆ ਸੀਗਾ, ਡਾਊਨ ਹੋ ਗਿਆ ਸੀ, ਤਾਂ ਕਰਕੇ ਦੁਬਾਰਾ ਉਸ ਪਾਸੇ ਬਿਜ਼ੀ ਹੋ ਗਿਆ ਸੀਗਾ। ਅਤੇ ਹੁਣ ਇਹਨਾਂ ਦੇ ਨਾਲ ਆਪਾਂ ਦੁਬਾਰਾ ਹੈਲਪ ਕਰਨੀ ਸਟਾਰਟ ਕਰ ਦੇਣੀ ਆ, ਰੋਟੀ ਰੋਟੀ ਖਾ ਕੇ ਮਾੜਾ ਜਿਹਾ ਆਪਾਂ ਇੱਕ ਪਾਸੇ ਜਾ ਕੇ ਆਉਣਾ ਆ, ਠੀਕ ਆ। ਹਾਂ, ਮੈਂ ਵੀ ਨਹਾਉਣਾ, ਇਹਨਾਂ ਨੇ ਵੀ ਨਹਾਉਣਾ ਪਹਿਲਾਂ, ਪਰ ਜਾ ਕੇ ਆਉਣਾ ਆ, ਨਹਾਉਣਾ ਨਹਾਉਣਾ ਬਾਅਦ 'ਚ ਆ, ਪਹਿਲਾਂ ਉਹ ਜਾ ਕੇ ਆਉਣਾ। ਹਾਂ, ਉਹ ਚੇਂਜ ਕਰ ਲਿਓ, ਗੱਲ ਵੱਖਰੀ ਆ, ਫਿਰ ਜਾ ਕੇ ਆਉਣਾ, ਫਿਰ ਆ ਕੇ ਕੰਮ ਕੁੰਮ ਨਿਬੇੜੀਆ ਆਪਣੇ। ਅਤੇ ਇੱਕ ਖੁਸ਼ਖਬਰੀ ਆ, ਤੁਹਾਨੂੰ ਥੋੜ੍ਹੇ ਦਿਨ ਜਲਦੀ ਦੇਖਣ ਨੂੰ ਮਿਲੂਗੀ। ਓਏ ਬਸ, ਚੱਬ ਸਿਰ, ਮੈਨੂੰ ਪਤਾ ਨਹੀਂ ਚੱਬ ਕੀ ਕਰਨਾ, ਦਹੀਂ ਪਾੜ ਸਿੱਟਣਾ ਅਤੇ ਉੱਤੇ ਬੈੱਡ ਦੇ ਉੱਤੇ ਸਾਰਾ ਖਿਲਾਰ ਦੇਣਾ। ਖੜ ਜਾਓ ਬੇਟਾ, ਤੁਹਾਨੂੰ ਮੋਦਾ ਬੁਰਕੀ ਖਿਲਾਉਣਾ। ਓਏ ਜੈਬੂ, ਹਾਏ ਨੀ, ਸਾਡੀ ਫਿਉਣਾ ਨੇ ਮੰਗਵਾਏ ਸੀ ਮੈਂਗੋ, ਠੀਕ ਆ, ਸਾਰੇ ਪਾਸੇ ਕਿਤੇ ਹੋ ਨਹੀਂ ਮਿਲੇ, ਅਤੇ ਦੇਖੋ ਆਪਾਂ ਮੈਂ ਕਿੰਨਾ ਪਿਆਰ ਕਰਦਾ ਉਹਨੂੰ। ਸਿੱਧਾ ਹੀ ਪਹੁੰਚ ਗਿਆ ਜਾ ਕੇ ਬਲਿੰਕਿਟ ਦੇ ਸਟੋਰ 'ਚ, ਕਿਉਂਕਿ ਔਨਲਾਈਨ ਵੀ ਪਤਾ ਨਹੀਂ ਲੱਗਣ ਡਿਆ ਸੀ, 2-3 ਤਰ੍ਹਾਂ ਦੇ ਮੈਂਗੋ ਸੀਗੇ, ਕਹਿੰਦੀ ਮੈਂ ਖਾਣੇ ਆ ਸ਼ੇਕ ਵਾਲਾ ਮੈਂਗੋ ਚਾਹੀਦਾ ਮੈਨੂੰ। ਮੈਂ ਸਾਰੇ ਪਾਸੇ ਲੱਭ ਲਿਆ, ਕਿਤੋਂ ਨਹੀਂ ਮਿਲਿਆ, ਅਤੇ ਫਿਰ ਅੱਕ ਕੇ ਆ ਕੇ ਮੈਂ ਸਿੱਧਾ ਆ ਗਿਆ ਬਲਿੰਕਿਟ ਦੇ ਸਟੋਰ 'ਚ। ਇੱਥੇ ਮਤਲਬ ਇੱਥੋਂ ਸਾਰੇ ਔਡਰ ਜਾਂਦੇ ਆ, ਇੱਥੇ ਇਹਨਾਂ ਦਾ ਸਾਰਾ ਸਟੋਕ ਹੁੰਦਾ ਅੰਦਰ। ਮੈਂ ਪੁੱਛਿਆ ਵੀ, ਮੈਂ ਕਿਹਾ ਅੰਦਰ ਵੀਡੀਓ ਬਣਾ ਸਕਦਾ, ਬਟ ਕਹਿੰਦੇ ਨਹੀਂ ਅੰਦਰ ਨਹੀਂ ਬਣਾ ਸਕਦੇ। ਹੁਣ ਕਹਿੰਦੀ ਦਿਖਾਇਓ ਮੈਨੂੰ ਅੰਦਰ ਕਿੱਦਾਂ ਦਾ ਹੁੰਦਾ, ਮੈਂ ਕਿਹਾ ਚੱਲ ਬਾਹਰੋਂ ਹੀ ਬਣਾ ਲੈਂਦਾ ਇੱਕ ਵਾਰੀ, ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ, ਘਰ ਜਾ ਕੇ ਫਿਰ ਉਹਨਾਂ ਨੂੰ ਦਿਖਾ ਦੂੰਗਾ। ਗੱਲ ਤਾਂ ਇੱਥੇ ਆ ਕੇ, ਪਰ ਫਿਰ ਉਹੀ ਆ ਕੇ ਕਹਿੰਦੇ ਤੁਹਾਡਾ ਰਾਈਡਰ ਆਏਗਾ ਪਹਿਲਾਂ, ਉਹ ਤੁਹਾਨੂੰ ਦੇਗਾ, ਡਾਇਰੈਕਟ ਨਹੀਂ ਤੁਸੀਂ ਦੇ ਸਕਦੇ ਤੁਹਾਨੂੰ। ਆ ਗਏ ਜੀ ਆਪਣੇ 2 ਅੰਬ, ਠੀਕ ਆ ਜੀ। ਬਲਿੰਕਿਟ ਸਟੋਰ ਦੇ ਬਾਹਰ ਖੜ੍ਹੇ ਹੋਣ ਦੇ ਬਾਵਜੂਦ ਵੀ ਆਪਾਂ ਨੂੰ 15 ਮਿੰਟ ਪੂਰੀ ਵੇਟ ਕਰਨੀ ਪਈ, ਬਾਅਦ 'ਚ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਹੋਰ ਸਟੋਰ ਖੁੱਲ੍ਹ ਗਿਆ ਹੈ, ਅਤੇ ਖੁੱਲ੍ਹਿਆ ਵੀ ਸਾਡੇ ਜਿੱਥੇ ਆਪਾਂ ਹੁਣ ਰਹਿੰਦੇ ਹਾਂ ਉਹਦੇ ਕੋਲ ਹੀ। ਮੈਂ ਗਲਤੀ ਕੀਤੀ, ਆਰਾਮ ਨਾਲ ਘਰ ਜਾ ਕੇ ਔਡਰ ਕਰ ਲੈਣਾ ਸੀ, 5 ਮਿੰਟ 'ਚ ਆ ਜਾਣਾ ਸੀ ਔਡਰ, ਜਾ ਕੇ ਫਿਰ ਉਹਨਾਂ ਨੂੰ ਦੱਸਦਾ। 2 ਅੰਬ ਵੀ 300 ਦੇ ਪਏ ਸਾਨੂੰ। ਹੁਣ ਮੈਂ ਜਦੋਂ ਘਰ ਆਉਂਦਾ ਪਿਆ ਸੀ ਅਤੇ ਮੈਂ ਆਪਣੀ ਸ਼ਕਲ ਇਸ ਕਰਕੇ ਨਹੀਂ ਦਿਖਾਉਂਦਾ ਪਿਆ ਸੀ ਕਿਉਂਕਿ ਮੈਂ ਇੱਦੇ ਤੋਂ ਉੱਠ ਕੇ ਇੱਦੇ ਗਿਆ ਸੀਗਾ, ਅਤੇ ਮੈਂ ਜਦੋਂ ਰਸਤੇ ਦੇ ਵਿੱਚ ਮੈਨੂੰ ਫੋਨ ਆਇਆ ਫਿਰ ਉਹਨਾਂ ਦਾ, ਤੁਹਾਨੂੰ ਆਪਾਂ ਥੋੜ੍ਹਾ ਟਾਈਮ ਪਹਿਲਾਂ ਇੱਕ ਗੱਲ ਕਈ ਵਾਰੀ ਕਹੀ ਸੀ ਕਿ ਇੱਕ ਖੁਸ਼ਖਬਰੀ ਹੈ, ਇੱਕ ਖੁਸ਼ਖਬਰੀ ਹੈ। ਖੁਸ਼ਖਬਰੀ ਇਹ ਸੀ ਕਿ ਫਿਉਣਾ ਪ੍ਰੈਗਨੈਂਟ ਆ, ਅਤੇ ਬਟ ਬੈਡ ਨਿਊਜ਼ ਹੁਣ ਇਹ ਸੀ ਕਿ ਮੈਨੂੰ ਇੱਕਦਮ ਹੀ ਫੋਨ ਆਉਂਦਾ ਅਤੇ ਫਿਉਣਾ ਦੇ ਨਾ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਮੈਨੂੰ ਫੋਨ ਕਰਕੇ ਕਹਿੰਦੀ ਕਿ ਬਲੀਡਿੰਗ ਹੋ ਰਹੀ ਹੈ,
ਮੈਂ ਕਿਹਾ ਨਾਲ ਹੀ ਮੈਨੂੰ ਕੁਛ ਨਹੀਂ ਸੁੱਝਿਆ, ਮੈਂ ਕਿਹਾ ਤੁਸੀਂ ਜਲਦੀ ਜਲਦੀ ਜੋ ਵੀ ਹੈਗਾ ਆਪਣੇ ਸਮਾਨ ਚੱਕੋ ਜੈਵੂ ਦਾ, ਠੀਕ ਆ, ਤੁਸੀਂ ਆਪਣਾ ਕੱਪੜਾ ਪਾਓ ਅਤੇ ਮਿੰਟੋ ਮਿੰਟ ਵਾਸਤੇ ਤਿਆਰ ਰਹੋ। ਮੈਂ ਆ ਗਿਆ ਹੁਣੀ, ਮੈਂ ਆਇਆ ਨਾਲ ਲੱਗਦਾ ਉਹਨਾਂ ਨੂੰ ਹੋਸਪਿਟਲ ਲੈ ਕੇ ਗਿਆ, ਠੀਕ ਆ, ਅਤੇ ਜਾ ਕੇ ਐਡਮਿਟ ਕਰਵਾਇਆ, ਸਕੈਨਿੰਗ ਸਕੂਨਿੰਗ ਹੋਈ ਉਹਨਾਂ ਦੀ, ਅਤੇ ਸਕੈਨ ਸਕੂਨ ਕਰਵਾ ਕੇ ਦੱਸਿਆ ਉਹਨਾਂ ਨੇ ਕਿ ਬੇਬੀ ਅਤੇ ਮਾਂ ਤਾਂ ਠੀਕ ਆ ਪਰ ਕੁਛ ਕੰਪਲੀਕੇਸ਼ਨਸ ਹੈਗੀਆਂ ਵਿੱਚ ਉਹਦੇ, ਜਿਹਦੇ ਕਰਕੇ ਇਹ ਪ੍ਰੋਬਲਮ ਹੋਈ ਆ। ਅਤੇ ਇਹ ਪ੍ਰੋਬਲਮ ਆਪਾਂ ਹੁਣ ਤਾਂ ਚਲੋ ਰੋਕ ਦਿੰਦੇ ਹਾਂ, ਠੀਕ ਆ, ਉਹਦੇ ਕਰਕੇ ਉਹਨਾਂ ਨੇ ਐਡਮਿਟ ਕਰ ਲਿਆ ਫਿਰ ਉਹਨਾਂ ਨੂੰ, ਹੁਣ ਤਾਂ ਕਹਿੰਦੇ ਆਪਾਂ ਰੋਕ ਦਾਂਗੇ 24 ਘੰਟੇ ਲਾ ਕੇ। ਹੁਣ ਮੈਂ ਐਡਮਿਟ ਕੀਤਾ ਹੋਇਆ ਫਿਰ ਉਹਨਾਂ ਨੂੰ, ਐਕਚੁਅਲੀ ਮੈਂ ਅੰਦਰ ਦਿਖਾ ਨਹੀਂ ਸਕਦਾ ਸੀ ਕਿਉਂਕਿ ਅੰਦਰ ਫੋਨ ਅਲਾਊਡ ਨਹੀਂ ਸੀ ਇੱਕ ਤਾਂ, ਅਤੇ ਨਾ ਅੰਦਰ ਵੀਡੀਓ ਸ਼ੂਟ ਕਰ ਸਕਦੇ ਸੀ ਆਪਾਂ ਹੋਸਪਿਟਲ ਦੇ ਅੰਦਰ, ਸੋ ਇਸ ਕਰਕੇ ਮੈਂ ਬਣਾ ਵੀ ਨਹੀਂ ਸਕਿਆ ਉੱਥੇ, ਅਤੇ ਨਾ ਮੇਰੇ ਮਨ 'ਚ ਸਹੀ ਗੱਲ ਸਾ ਤੁਹਾਨੂੰ ਨਾ ਮੈਨੂੰ ਉਦੋਂ ਇੱਦਾਂ ਦਾ ਕੋਈ ਯਾਦ ਆਇਆ। ਪਰ ਤੁਸੀਂ ਵੀ ਸਾਡੀ ਫੈਮਿਲੀ ਆ, ਠੀਕ ਆ, ਤੁਹਾਨੂੰ ਦੱਸ ਜਿੱਥੇ ਮੈਨੂੰ ਇੰਨਾ ਹੁੰਦਾ ਪਿਆ ਕਿ ਜਿੱਥੇ ਮੈਂ ਗੁੱਡ ਨਿਊਜ਼ ਦੇਣੀ ਸੀਗੀ ਤੁਹਾਨੂੰ ਇੰਨੇ ਖੁਸ਼ ਹੋ ਕੇ, ਅਤੇ ਅੱਜ ਆਹ ਤੁਹਾਨੂੰ ਗੱਲ ਦੱਸਣੀ ਪੈ ਰਹੀ ਆ। ਰੱਬ ਨਾ ਕਰੇ ਚਲੋ ਸਭ ਠੀਕ ਰਹੇ, ਪਰ ਰੱਬ ਨਾ ਕਰੇ ਜੇ ਕੁਛ ਹੋ ਗਿਆ ਇੱਦਾਂ ਦਾ, ਪਰ ਮੈਨੂੰ ਪਤਾ ਰੱਬ ਆਪਣੇ ਦੀ ਯਕੀਨ ਆ ਕਿ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਨਾ ਫਿਰ ਉਹਨਾਂ ਨੇ ਕਦੀ ਕਿਸੇ ਦਾ ਮਾੜਾ ਕੀਤਾ, ਮੇਰਾ ਰੱਬ ਕਦੀ ਵੀ ਮੇਰਾ ਮਾੜਾ ਨਹੀਂ ਹੋਣ ਦਊਂਗਾ, ਕਦੀ ਵੀ ਨਹੀਂ ਮੇਰਾ ਰੱਬ ਮੇਰਾ ਮਾੜਾ ਹੋਣ ਦਊਂਗਾ। ਪਰ ਜਦੋਂ ਮਾਜੀ ਤੁਸੀਂ ਸਾਡੀ ਫੈਮਿਲੀ ਆ, ਅੱਜ ਤੱਕ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਜਦ ਵੀ, ਹੈ ਨਾ, ਠੀਕ ਆ, ਤੁਸੀਂ ਸਾਨੂੰ ਸਪੋਰਟ ਕੀਤਾ, ਜਿਹੜੇ ਤੁਹਾਡੇ ਕਮੈਂਟਸ ਆਉਂਦੇ ਆ ਵਧੀਆ ਵਧੀਆ, ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੇ ਆ। ਉਹਨੂੰ ਛੱਡ ਕੇ ਹੁਣ ਉੱਥੇ ਓਬਜ਼ਰਵੇਸ਼ਨ ਦੇ ਵਿੱਚ ਰੱਖਿਆ ਉਹਨੂੰ 24 ਘੰਟੇ, ਅਤੇ ਉਸ ਤੋਂ ਬਾਅਦ ਡਾਕਟਰ ਕਹਿੰਦੇ ਤਾਂ ਆਪਾਂ ਤੁਹਾਨੂੰ ਕੁਝ ਦੱਸਦੇ, ਵੈਸੇ ਤਾਂ ਹੁਣ ਠੀਕ ਆ, ਬਲੀਡਿੰਗ ਆਪਾਂ ਰੋਕ ਦਾਂਗੇ, ਬਟ ਅੱਗੇ ਜਾ ਕੇ ਵੀ ਇਹ ਪ੍ਰੋਬਲਮ ਹੋ ਸਕਦੀ ਆ, ਕਿਉਂਕਿ ਜੋ ਪ੍ਰੋਬਲਮ ਆ ਤੁਹਾਨੂੰ ਮੈਂ ਥੋੜ੍ਹੇ ਟਾਈਮ ਬਾਅਦ ਦੱਸਦਾ ਕੀ ਸੀ, ਕਿਉਂਕਿ ਮੈਨੂੰ ਅਜੇ ਚੱਜ ਤਾਂ ਨਹੀਂ ਪਤਾ ਲੱਗਿਆ ਕੀ ਸੀ, ਮੈਂ ਇਹ ਸਮਝਾ ਨਹੀਂ ਸਕਦਾ, ਬਟ ਜਿੱਦਾਂ ਜਿੱਦਾਂ ਡਾਕਟਰ ਨੇ ਮੈਨੂੰ ਦੱਸਿਆ ਮੈਂ ਉਸ ਚੀਜ਼ ਬਾਰੇ ਦੇਖ ਕੇ ਸਾਰਾ ਕੁਝ ਸਾਰਾ ਸਮਝ ਕੇ ਰਿਸਰਚ ਕਰਕੇ, ਬਟ ਮੈਂ ਸਮਝਦਾ ਗਿਆ ਗੱਲ ਨੂੰ, ਪਰ ਮੈਂ ਤੁਹਾਨੂੰ ਨਹੀਂ ਉਸ ਚੀਜ਼ ਨੂੰ ਹਜੇ ਸਮਝਾ ਸਕਦਾ, ਮੈਂ ਸਿੰਪਲ ਭਾਸ਼ਾ ਵਿੱਚ ਤੁਹਾਨੂੰ ਦੱਸੂੰਗਾ ਕੀ ਪ੍ਰੋਬਲਮ ਹੋਈ ਹੈ। ਪ੍ਰੋਬਲਮ ਆਪਾਂ ਕਹਿ ਸਕਦੇ ਹਾਂ ਕਿ ਹੁਣ ਰੱਬ ਦੇ ਹੱਥ ਆ, ਉੱਪਰ ਵਾਲੇ ਦੇ ਹੱਥ ਆ, 90% 80-90% ਤਾਂ ਚਾਂਸ ਹੁੰਦੇ ਆ ਵੀ ਪੇਸ਼ੈਂਟ ਆਪਣੇ ਆਪ ਠੀਕ ਹੋ ਜਾਂਦਾ ਹੈ, ਜਦੋਂ 5-6 ਮੰਥ ਹੁੰਦੇ ਆ ਬੇਬੀ ਨੂੰ, ਬੱਚਾ ਸਭ ਕੁਝ ਠੀਕ ਹੋ ਜਾਂਦਾ ਅੰਦਰੋਂ, ਮੁੜ ਕੇ ਨਹੀਂ ਪ੍ਰੋਬਲਮ ਹੁੰਦੀ ਹੈ। ਪਰ 10% ਦੇ ਵਿੱਚ ਇੱਦਾਂ ਵੀ ਹੁੰਦਾ ਹੈ ਜੇ ਕਿਸਮਤ ਨਹੀਂ ਮਾੜੀ ਹੋਵੇ ਨਾ ਤੁਹਾਡਾ, ਬਾਕੀ ਯਾਰ ਦੇਖੋ ਰੱਬ ਨੇ ਜੋ ਲਿਖਿਆ ਉਹੀ ਹੋਣਾ ਹੁੰਦਾ, ਬਾਕੀ ਮੈਨੂੰ ਇੰਨਾ ਪਤਾ ਕਦੀ ਮਾੜਾ ਨਹੀਂ ਕੀਤਾ, ਪਰਮਾਤਮਾ ਨੇ ਮੇਰਾ ਚੰਗਾ ਹੀ ਕਰੂੰਗਾ। ਜੇ ਨਾ ਹੋਵੇ 10% ਤਾਂ ਫਿਰ ਦੁਬਾਰਾ ਇਹ ਪ੍ਰੋਬਲਮ ਹੁੰਦੀ ਆ, ਹੋ ਸਕਦਾ ਹਫ਼ਤੇ ਬਾਅਦ ਤਾਂ ਨਹੀਂ, 2-3 ਹਫ਼ਤੇ ਬਾਅਦ ਹੋ ਜਾਵੇ, 1-1.5 ਮਹੀਨੇ ਬਾਅਦ ਹੋ ਜਾਵੇ, ਫਿਰ ਦੁਬਾਰਾ ਜਾ ਕੇ ਐਡਮਿਟ ਕਰਨਾ ਪਏਗਾ, ਠੀਕ ਆ, ਅਤੇ ਗਾਂਹ ਜਾ ਕੇ ਵੈਸੇ ਤਾਂ ਕੋਈ ਚਾਂਸ ਨਹੀਂ ਹੁੰਦਾ ਬੱਚੇ ਨੂੰ ਕੁਛ ਹੋਣ ਦਾ, ਉੱਦਾਂ ਬਾਕੀ ਪ੍ਰੋਬਲਮ ਹੋ ਵੀ ਸਕਦੀ ਹੈ, ਬਟ ਇੱਦਾਂ ਉਹਨਾਂ ਨੇ ਦੱਸਿਆ ਤਾਂ ਨਹੀਂ ਮੈਨੂੰ, ਬਾਕੀ ਪੂਰਾ ਸਰਚ ਕਰੂੰਗਾ, ਡਾਕਟਰ ਨੇ ਇੱਦਾਂ ਤਾਂ ਨਹੀਂ ਮੈਨੂੰ ਸਾਫ਼ ਕਿਹਾ, ਬਾਕੀ ਜਿੰਨਾ ਕਿਹਾ ਤੁਹਾਨੂੰ ਉਹ ਦੱਸ ਰਿਹਾ ਹਾਂ ਵੀ ਕਹਿੰਦੇ ਪ੍ਰੀਮੈਚਿਓਰ ਡਿਲੀਵਰੀ ਕਰਨੀ ਪੈ ਸਕਦੀ ਹੈ, ਵੀ ਹੋ ਸਕਦਾ 2 ਮਹੀਨੇ ਪਹਿਲਾਂ ਡਿਲੀਵਰੀ ਕਰਨੀ ਪੈ ਜਾਵੇ, 2.5 ਮਹੀਨੇ ਪਹਿਲਾਂ ਡਿਲੀਵਰੀ ਕਰਨੀ ਪੈ ਜਾਵੇ, ਤੁਹਾਨੂੰ ਪਤਾ ਹੋਣਾ ਸ਼ਾਇਦ ਜਿਹਨਾਂ ਦੇ ਬੱਚੇ ਪਹਿਲਾਂ ਹੁੰਦੇ ਆ ਅਤੇ ਇੱਕ ਤਾਂ ਚਾਂਸ ਘੱਟ ਹੁੰਦਾ, ਉਸ ਤੋਂ ਮੈਂ ਚੱਲ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਇਹ 2-3 ਮਹੀਨੇ ਉਹਨਾਂ ਨੂੰ ਉਹ 'ਚ ਰੱਖਣਾ ਪੈਂਦਾ ਆ, ਮਸ਼ੀਨਾਂ 'ਚ ਰੱਖਣਾ ਪੈਂਦਾ ਬੱਚਿਆਂ ਨੂੰ, ਛੋਟੀ ਜਿਹੀ ਜਾਨ ਨੂੰ, ਇੱਕ ਨੂੰ ਨਿੱਕੀ ਜਿਹੀ ਜਾਨ ਨੂੰ, ਛੋਟੀ ਜਿਹੀ ਉਹਨੂੰ ਮਸ਼ੀਨਾਂ 'ਚ ਰੱਖਣਾ ਪੈਂਦਾ। ਬਾਬਾ ਮੇਰਾ ਨਾਲ, ਮੇਰਾ ਸਾਥ ਰਹੇ, ਮੇਰਾ ਨਾਲ ਰਹੇ ਹਮੇਸ਼ਾ, ਇੱਦਾਂ ਦਾ ਕੁਛ ਨਾ ਹੋਵੇ। ਫਿਓਣਾ ਵੀ ਰੋਣ ਲੱਗ ਗਈ ਸੀਗੀ ਉੱਥੇ, ਮੇਰਾ ਆਪਦਾ ਬਹੁਤ ਜ਼ਿਆਦਾ ਦਿਲ ਭਰ ਆਇਆ ਸੀ, ਪਰ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੰਟਰੋਲ ਕਰਕੇ ਰੱਖਿਆ, ਮੈਂ ਉਹਨੂੰ ਫੀਲ ਨਹੀਂ ਹੋਣ ਦਿੱਤਾ, ਮੈਂ ਕਿਹਾ ਨਹੀਂ ਪੁੱਤ ਤੂੰ ਠੀਕ ਹੈ, ਸਭ ਕੁਛ ਓਕੇ ਆ, ਤੂੰ ਟੈਨਸ਼ਨ ਨਾ ਲੈ, ਸਭ ਠੀਕ ਹੋ ਜਾਣਾ, ਕੋਈ ਪਰਵਾਹ ਨਾ ਲੈ, ਬਾਕੀ ਕੋਈ ਗੱਲ ਨਹੀਂ, ਸਭ ਕੁਛ ਮੈਂ ਉਹਦਾ ਖਿਆਲ ਰੱਖੂੰਗਾ, ਕੋਈ ਵੀ ਕੰਮ ਨਹੀਂ ਕਰਨ ਦਊਂਗਾ, ਸਭ ਕੁਛ ਠੀਕ ਰੱਖੂੰਗਾ, ਹਰੇਕ ਚੀਜ਼ ਦਾ ਉਹਦਾ ਖਿਆਲ ਰੱਖੂੰਗਾ, ਖਾਣ ਪੀਣ ਦਾ ਜਿੱਦਾਂ ਜੈਵੂ ਬਾਈ ਰੱਖਿਆ ਸੀਗਾ, ਠੀਕ ਆ, ਪੂਰਾ ਕੇਅਰ ਕਰੂੰਗਾ ਉਹਦੀ,
ਰੱਬ ਨਾ ਕਰੇ ਕਦੀ ਕੁਛ ਨਾ ਹੋਵੇ, ਬਸ ਸਭ ਕੁਛ ਠੀਕ ਹੋਵੇ। ਹੁਣ ਜੇਕਰ ਸਭ 24 ਘੰਟੇ ਬਾਅਦ, ਹੁਣ ਮੈਂ ਜਾਣਾ ਵੀ ਹੈ 2-4 ਵਾਰੀ ਮਿਲਣ ਜਾਣਾ ਹੈ, ਬਾਕੀ 24 ਘੰਟੇ ਬਾਅਦ ਉਹਨਾਂ ਨੇ ਮਤਲਬ ਫ੍ਰੀ ਲੀਵ ਦੇਣੀ ਆ। ਇਹਨੂੰ ਬਚਾਈ ਛੋਟੀ ਜਿਹਨੂੰ ਕੁਛ ਨਹੀਂ ਪਤਾ ਹੈਗਾ, ਅਜੇ ਮੇਰੇ ਕਾਕੇ ਨੂੰ ਨਿੱਕੇ ਜਿਹਨੂੰ ਕੁਛ ਨਹੀਂ ਪਤਾ ਹੈਗਾ, ਇਹਨੂੰ 24 ਘੰਟੇ ਆਪਣੀ ਮੰਮਾ ਨੂੰ ਨਹੀਂ ਮਿਲਣਾ। ਉਸ 24 ਘੰਟੇ ਨੂੰ ਆਪਣੀ ਮੰਮਾ ਨੂੰ ਨਹੀਂ ਮਿਲਣਾ। ਅਜੈਬ ਨੂੰ ਤੰਗ ਬਹੁਤ ਜ਼ਿਆਦਾ ਕਰਨਾ ਸੀ, ਇੱਥੇ ਤਾਂ ਮੈਂ ਸਾਂਭ ਲੈਣਾ ਸੀ ਕਿਸੇ ਨਾ ਕਿਸੇ ਤਰ੍ਹਾਂ, ਟੀ ਵੀ ਦਿਖਾ ਦੇਣਾ ਸੀ ਜਾਂ ਫੋਨ ਦਿਖਾ ਕੇ ਕਾਰਟੂਨ ਦਿਖਾ ਕੇ। ਹੋਸਪਿਟਲ ਦੇ ਵਿੱਚ ਜ਼ਿਆਦਾ ਵਾਸਤੇ ਆਪਾਂ ਕੁਛ ਫੋਨ ਵੀ ਨਹੀਂ ਚਲਾ ਸਕਦੇ, ਸੋ ਇਸ ਕਰਕੇ ਮੈਂ ਘਰ ਆ ਗਿਆ। ਬਾਕੀ ਮੈਂ ਇੰਨਾ ਕਿ 3-4 ਵਾਰੀ ਜਾਊਂਗਾ ਮਿਲਣ ਹੁਣ, ਬਾਕੀ ਜਿੱਦਾਂ ਵੀ ਹੋਈ ਰੱਬ ਸਭ ਕੁਛ ਠੀਕ ਰੱਖੇ, ਅੱਗੇ ਜਾ ਕੇ ਪਰਮਾਤਮਾ ਸਭ ਕੁਛ ਠੀਕ ਰੱਖੇ। 24 ਘੰਟੇ ਬਾਅਦ ਡਾਕਟਰਸ ਨੇ ਜੋ ਵੀ ਚੈੱਕਅਪ ਕਰਕੇ ਕਹਿੰਦੇ ਆ ਕਿ ਕੋਸ਼ਿਸ਼ ਕਰਨੀ 24 ਘੰਟੇ ਠੀਕ ਹੋ ਜਾਣਾ ਉਹਨਾਂ ਨੇ, ਬਾਕੀ ਜਿੱਥੇ ਤੱਕ ਕਹਿੰਦੇ ਸਾਨੂੰ ਪਤਾ ਠੀਕ ਹੋ ਜਾਂਦੇ 24 ਘੰਟਿਆਂ ਦੇ ਵਿੱਚ। ਬਾਕੀ 24 ਘੰਟੇ ਬਾਅਦ ਹੁਣ ਦੇਖਦੇ ਆ ਵੀ ਸਭ ਕੁਛ ਠੀਕ ਹੋ ਜਾਵੇ 24 ਘੰਟੇ ਬਾਅਦ, ਬਾਕੀ ਅੱਗੇ ਵੀ ਜਾ ਕੇ ਵੀ ਕਦੀ ਇਹ ਪ੍ਰੋਬਲਮ ਨਾ ਹੀ ਆਵੇ। ਰੱਬ ਕਰੇ ਪਰਮਾਤਮਾ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਸਾਡਾ ਵੀ ਨਾ ਕਦੀ ਮਾੜਾ ਹੋਣ ਦਵੇ। ਮੇਰਾ ਬੱਚੇ ਨੂੰ ਅਤੇ ਮੇਰੀ ਜਾਨ ਨੂੰ ਦੋਨਾਂ ਨੂੰ ਬਿਲਕੁਲ ਠੀਕ ਠਾਕ ਰੱਖੀ। ਜਦੋਂ ਰੋਣ ਲੱਗੀ ਹੋਈ ਸੀ ਨਾ, ਉਹ ਮੇਰਾ ਦਿਲ ਬਹੁਤ ਜ਼ਿਆਦਾ ਹੋਰ ਤਰ੍ਹਾਂ ਹੋਈ, ਮੈਨੂੰ ਸੱਚੀ ਮੈਨੂੰ ਉਹਨੂੰ ਦੇਖ ਕੇ ਇੱਦਾਂ ਆਪ ਨੂੰ ਇੰਨਾ ਰੋਣਾ ਹੋਣ ਲੱਗਾ ਸੀ, ਪਤਾ ਨਹੀਂ ਮੈਂ ਕਿੱਦਾਂ ਉਹਨੂੰ ਹੌਸਲਾ ਦਿੱਤਾ ਵੀ ਨਹੀਂ। ਪੁੱਤ ਟੈਨਸ਼ਨ ਨਾਲ ਹੈ, ਫਿਕਰ ਨਾ ਕਰ ਕਿਸੇ ਗੱਲ ਦੀ, ਬਾਕੀ ਕੋਈ ਗੱਲ ਨਹੀਂ ਸਭ ਕੁਛ ਠੀਕ ਹੋ ਜਾਣਾ ਆ। ਉਹ ਬੈਠਾ ਪਰਮਾਤਮਾ ਉੱਤੇ ਠੀਕ ਕਰਨੇ ਹੈ ਨਾ, ਆ ਨਿੱਕੀ ਜਾਨ ਆ, ਇਹਦਾ ਵੀ ਜੋ ਵੀ ਭੈਣ ਭਰਾ ਆਊਂਗਾ ਸਭ ਕੁਛ ਵਧੀਆ ਹੋਊਂਗਾ, ਠੀਕ ਹੋਊਂਗਾ। ਬਸ ਤੁਹਾਨੂੰ ਖੁਸ਼ਖਬਰੀ ਦੇਣੀ ਸੀਗੀ, ਜਿਹੜੀ ਸੋਰੀ ਇੱਦਾਂ ਦੇਣੀ ਪੈ ਰਹੀ ਆ। ਤੁਸੀਂ ਵੀ ਪਲੀਜ਼ ਸਾਰੇ ਜਣੇ ਇਹੀ ਦੁਆ ਕਰੋ ਵੀ ਠੀਕ ਰਹੇ ਸਭ ਕੁਛ, ਅੱਗੇ ਜਾ ਕੇ ਜੋ ਹੋਵੇ ਚੰਗਾ ਹੋਵੇ ਵਧੀਆ ਹੋ ਜਾਵੇ, ਕਦੀ ਵੀ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਜਿਨ੍ਹਾਂ ਨਾਲ ਬੀਤੀਆਂ ਹੋਈਆਂ ਉਹਨਾਂ ਨੂੰ ਪਤਾ ਹੋਣਾ ਵੀ ਕਿੱਦਾਂ ਹੁੰਦੀ ਹੁੰਦੀ। ਚਲੋ ਮੈਂ ਜੈਬ ਨੂੰ ਦੇਖ ਲਵਾਂ, ਦੁੱਧ ਤੋਂ ਪਿਲਾਵਾਂ ਇਹਨੂੰ ਅਤੇ ਇਹਨੂੰ ਸੰਭਾਲਾਂ ਹੁਣ। ਉਸ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਆਪਣੇ ਆਪ ਨੂੰ ਸੰਭਾਲਿਆ, ਥੋੜ੍ਹਾ ਜਿਹਾ ਆਪਣੇ ਆਪ ਨੂੰ ਹਿੰਮਤ ਦਿੱਤੀ। ਹਾਂ ਮੈਂ ਕੁਛ ਕੁ ਟਾਈਮ ਰੋਇਆ ਵੀ, ਮੈਂ ਦਿਲ ਥੋੜ੍ਹਾ ਇੱਦਾਂ ਦਾ ਹੀ ਆ, ਥੋੜ੍ਹਾ ਕਮਜ਼ੋਰ ਆ ਦਿਲ, ਇਮੋਸ਼ਨਲ ਆ, ਥੋੜ੍ਹਾ ਕੁ ਟਾਈਮ ਰੋਇਆ ਵੀ। ਮੈਂ ਕਹਿੰਦਾ ਕਿ ਮੁੰਡਾ ਮੈਂ ਰੋਂਦਾ ਨਹੀਂ ਜਾਂ ਕੁਛ ਵੀ ਆ, ਥੋੜ੍ਹਾ ਟਾਈਮ ਰੋਇਆ ਉਹਨਾਂ ਨੂੰ ਥੱਲੀ ਦਿਲ ਨੂੰ ਥੋੜ੍ਹਾ ਹੌਲਾ ਜਿਹਾ ਕਰਕੇ, ਫਿਰ ਸਾਰਾ ਕੁਛ ਉਸ ਚੀਜ਼ ਬਾਰੇ ਰਿਸਰਚ ਕੀਤੀ, ਸਭ ਕੁਛ ਕੀਤਾ, ਠੀਕ ਆ ਕੀ ਪ੍ਰੋਬਲਮ ਹੋ ਸਕਦੀ ਕੀ ਨਹੀਂ ਹੋ ਸਕਦੀ। ਉਹਦੇ ਵਿੱਚ ਇਹ ਵੀ ਆਇਆ ਵੀ ਬੱਚੇ ਨੂੰ ਅਤੇ ਮਾਂ ਨੂੰ ਦੋਨਾਂ ਨੂੰ ਜਾਣ ਦਾ ਖਤਰਾ ਹੋ ਸਕਦਾ ਅੱਗੇ ਆ ਕੇ, ਕੁਛ ਕੁ ਚਾਂਸ ਹੁੰਦੇ ਆ। ਬਾਕੀ ਵਾਹਿਗੁਰੂ ਆਪਣੇ ਨਾਲ ਹੋਊਗਾ, ਕੋਈ ਚੱਕਰ ਨਹੀਂ, ਠੀਕ ਆ। ਸੋਰੀ ਮੈਂ ਆਪਣੀ ਸ਼ਕਲ ਨਹੀਂ ਦਿਖਾ, ਮੈਂ ਇਹਨਾਂ ਨੂੰ ਚਾਹੁੰਦਾ ਕਿ ਮੈਂ ਇੱਦਾਂ ਬੋਲਾਂ ਹੋਰ ਤਰ੍ਹਾਂ ਕਰਕੇ, ਅਤੇ ਜੈਬੂ ਬਚਾਈ ਸੁੱਤੀ ਪਈ ਆ, ਠੀਕ ਹੈ। ਇਹਨੂੰ ਬਹੁਤ ਔਖਾ ਕਰਕੇ ਮੈਂ ਸਲਾਇਆ, ਇਹ ਬੋਟੀ ਕਰੀ ਸੀਗੀ ਉਹ ਮੈਂ ਸਾਫ਼ ਕਰ ਦਿੱਤੀ ਸੀਗੀ, ਕਿਉਂਕਿ ਉਹਨੇ ਇੱਕ ਦੋ ਵਾਰੀ ਨੈਪੀ ਨੁਪੀ ਸਮੇਲ ਚੇਂਜ ਕਰਤੀ ਸੀ, ਅਤੇ ਵਿਚਾਰੀ ਮਿਸ ਕਰਨ ਲੱਗੀ ਹੋਈ ਸੀ, ਆਲਾ ਦੁਆਲਾ ਦੇਖਣ ਲੱਗੀ ਹੋਈ ਸੀ ਕਿੰਨੇ ਟਾਈਮ ਦੀ। ਮਸੀਂ ਕਿਤੇ ਜਾ ਕੇ ਸੁੱਤੀ ਸੀ ਖੇਲ ਖੁੱਲ ਕੇ ਆਪ ਹੀ। ਫਿਰ ਮੇਰਾ ਪੁੱਤ ਇੰਨਾ ਦਲੇਰ ਆ, ਸਿਆਣਾ ਆ, ਵੀ ਮੇਰੇ ਪੁੱਤ ਨੇ ਮੇਰਾ ਪੂਰਾ ਸਾਥ ਦਿੱਤਾ। ਚਲੋ ਮੈਂ ਸੰਭਾਲ ਤਾਂ ਲਿਆ ਇਹਨੂੰ, ਹੈ ਨਾ, ਬਸ ਨਾ ਕਿ ਰਾਤ ਨਾ ਰਾਤ ਨੂੰ ਨਾ ਤੰਗ ਕਰੇ, ਰਾਤ ਨੂੰ ਮੇਰਾ ਪੁੱਤ ਮੇਰਾ ਅੱਜ ਦੀ ਰਾਤ ਕੱਢ ਲਵੇ ਬਸ, ਸਵੇਰ ਨੂੰ ਤਾਂ ਆਪਾਂ ਇਹਦੀ ਮੰਮੀ ਨੂੰ ਲੈ ਜਾਣਾ ਹੈ। ਬਾਕੀ ਵਾਹਿਗੁਰੂ ਬਸ ਮੇਰੇ ਬੱਚੇ ਨੂੰ ਅਤੇ ਮੇਰੀ ਜਾਨ ਦੋਨਾਂ ਨੂੰ ਬਿਲਕੁਲ ਠੀਕ ਰੱਖੇ, ਮੰਮੀ ਦੋਨਾਂ ਸਾਰਾ ਕੁਛ ਠੀਕ ਹੋ ਜਾਵੇ। ਹੁਣ ਮੈਂ ਚੱਲਿਆ ਆਇਆ ਫਿਰ ਉਹਨਾਂ ਨੂੰ ਮਿਲਣ, ਅਤੇ ਮੂੰਹ ਮਾਂ ਧੋ ਕੇ ਹਟਿਆ ਹੁਣ, ਬਹੁਤ ਜ਼ਿਆਦਾ ਮਤਲਬ ਹਾਲਤ ਮੇਰੀ ਮੰਦੀ ਹੋਈ ਸੀ, ਦਿਲ ਹੀ ਨਹੀਂ ਕਰਦਾ ਪਿਆ ਸੀਗਾ ਕੁਛ, ਬਟ ਫਿਰ ਵੀ ਹੋਸਪਿਟਲ ਜਾਣਾ ਆ, ਮੈਨੂੰ ਚੰਗਾ ਲੱਗਦਾ ਇੱਦਾਂ। ਮੂੰਹ ਮਾਂ ਧੋ ਕੇ ਹਟਿਆ ਹੁਣ, ਮੈਂ ਬਰੱਸ਼ ਬਰੱਸ਼ ਕਰਕੇ ਹਟਿਆ, ਸਵੇਰ ਦਾ ਕੁਛ ਨਹੀਂ ਕੀਤਾ ਸੀ ਉਦੋਂ, ਅਤੇ ਹੁਣ ਬਰੱਸ਼ ਕੀਤਾ, ਛਾਵਾਂ ਪੈ ਗਈਆਂ, ਅਤੇ ਚੱਲਿਆ ਹੁਣ ਮਿਲਣ। ਕਿਉਂਕਿ ਜੈਬ ਕਿੰਨੇ ਟਾਈਮ ਹੋ ਗਿਆ ਸੁੱਤੀ ਸੀਗੀ, ਮੈਂ ਤੁਹਾਨੂੰ ਤਾਂ ਸੁੱਤੀ ਰਹਿਣਾ ਹੁਣ, ਮੈਂ ਤਾਂ ਜਦੋਂ ਉੱਠ ਜੂੰਗੀ ਫਿਰ ਜਾਊਂਗਾ,
ਟ੍ਰੇਨ ਤਾਂ ਚੱਲ ਛੱਡੋ ਕੋਈ ਗੱਲ ਨਹੀਂ, ਮੈਂ ਗੱਡੀ 'ਚ ਫਿਰ ਸੋਈ ਜਾਣਾ ਮੇਰੇ ਕੋਲ ਗੁੱਦੀ 'ਚ, ਫਿਰ ਮੈਂ ਗੁੱਦੀ 'ਚ ਸਲਾਹ ਲੈਣਾ ਗੱਡੀ 'ਚ ਅਤੇ ਮੈਂ ਹੁਣ ਚੱਲਿਆ। ਫਿਰ ਉਹਨਾਂ ਨੇ ਮਿਲਣ ਦੇਖ ਕੇ ਆਉਂਦਾ, ਉਹਨੂੰ ਮਿਲ ਕੇ ਆਉਂਦਾ, ਉਹਨਾਂ ਗੱਲਬਾਤ ਕਰਕੇ ਆਉਂਦਾ, ਦੇ ਕੋਸ਼ਿਸ਼ ਕਰਦਾ ਜੀ ਮੈਂ ਅੰਦਰ ਗਿਆ ਅਤੇ ਥੋੜ੍ਹਾ ਬਹੁਤ ਤੁਹਾਡੇ ਨਾਲ ਵੀ ਮਿਲਵਾਊਂਗਾ ਉਹਨੂੰ। ਬਾਕੀ ਜੋ ਵੀ ਹੋਇਆ ਮੈਂ ਤੁਹਾਨੂੰ ਸਾਰਾ ਕੁਛ ਦੱਸਦਾ। ਹੁਣ ਮੈਂ ਚੱਲਿਆ ਹੋਸਪਿਟਲ ਨੂੰ ਅਤੇ ਮੈਂ ਰੋਟੀ ਤਾਂ ਨਹੀਂ ਖਾਧੀ ਸਵੇਰ ਦੀ, ਬਸ ਇੱਕ ਦੋ ਫਰੂਟਸ ਖਾਧੇ ਸੀਗੇ ਬਸ, ਮੈਂ ਦਿਲ ਨਹੀਂ ਕੀਤਾ ਕੁਛ ਖਾਣ ਨੂੰ, ਕੁਛ ਨਹੀਂ ਖਾਣ ਨੂੰ ਮਨ ਕੀਤਾ ਸਵੇਰ ਦਾ। ਹਾਂ ਜੇ ਵਧੀਆ ਲੱਗਾ ਉਹਦਾ ਮਿਲ ਕੇ, ਠੀਕ ਲੱਗਾ ਮੈਨੂੰ, ਹਾਂ ਫਿਰ ਮੈਂ ਰੋਟੀ ਖਾਊਂਗਾ, ਕੋਈ ਗੱਲ ਨਹੀਂ, ਅਜੇ ਤਾਂ ਮੇਰਾ ਮਨ ਨਹੀਂ ਹੈਗਾ ਬਿਲਕੁਲ ਮਟਕਾ, ਉਹਨੂੰ ਹੀ ਕਹਿਣਾ ਇਹ ਗੱਲ ਵੀ ਮੈਂ ਅਜੇ ਰੋਟੀ ਨਹੀਂ ਖਾਧੀ। ਚੱਲ ਬਾਅਦ 'ਚ ਤੁਹਾਨੂੰ ਗੱਲ ਪਤਾ ਲੱਗ ਜਾਣੀ, ਗੱਲ ਵੱਖਰੀ ਆ, ਹਜੇ ਨਹੀਂ ਮੈਂ ਉਹਨੂੰ ਦੱਸਣਾ ਕੁਛ ਵੀ ਵੀ ਮੈਂ ਰੋਟੀ ਨਹੀਂ ਖਾਧੀ ਜਾਂ ਕੁਛ ਨਹੀਂ ਕੀਤਾ। ਜਾ ਕੇ ਬਿਲਕੁਲ ਵਧੀਆ ਉਹਦੇ ਸਾਹਮਣੇ ਅੱਖਣਾ ਵਾਸਤਾ ਖੇਲਦਾ ਰਹਿਣਾ, ਸਮਾਈਲ ਕਰਨੀ, ਉਹਨੂੰ ਹੌਸਲਾ ਦੇਣਾ ਆ, ਕਿਉਂਕਿ ਮੈਂ ਹੀ ਤਾਂ ਉਹਦਾ ਹੌਸਲਾ, ਸਿੱਧੀ ਜਿਹੀ ਗੱਲ ਆ ਵੀ ਮੈਂ ਹੀ ਇੱਦਾਂ ਕਰਨ ਲੱਗ ਗਿਆ ਤਾਂ ਉਹਨੂੰ ਹੌਸਲਾ ਕਿਵੇਂ ਦੇਣਾ ਹੈ। ਹੁਣ ਮੈਂ ਚੱਲਿਆ ਉਹਨੂੰ ਮਿਲਣ, ਜੈਵ ਨੂੰ ਚੱਕਾਂ, ਉਹ ਦੁੱਧ ਚੱਕਾ ਸਾਰਾ ਕੁਛ ਚੱਕ ਕੇ ਅਤੇ ਹੁਣ ਫਿਰ ਉਹਨਾਂ ਨੂੰ ਚੱਲੀਏ ਮਿਲਣ। ਮੰਮਾ ਨੂੰ ਮਿਲਣ ਆਏ ਹਾਂ ਹੁਣ ਆਪਾਂ, ਤੁਸੀਂ ਹੈ ਅਤੇ ਮੰਮਾ ਦੇਖ ਲਓ ਵਿਚਾਰੇ ਉੱਠ ਕੇ ਆਏ ਆ, ਅੰਦਰ ਤਾਂ ਆਪਾਂ ਜਾ ਨਹੀਂ ਸਕਦੇ ਤੁਹਾਨੂੰ ਲੈ ਕੇ, ਮੰਮਾ ਖੁਦ ਉੱਠ ਕੇ ਆਏ ਆ। ਮੰਮਾ ਕੋਈ ਗੱਲ ਨਹੀਂ, ਮੰਮਾ ਕਹੋ ਤੁਸੀਂ ਬਿਲਕੁਲ ਠੀਕ ਹੋ ਜਾਣਾ, ਕੋਈ ਚੱਕਰ ਨਹੀਂ, ਮੈਂ ਜਿਹੜਾ ਭੈਣ ਭਾਵ ਹਾਂ ਹੁਣ ਬਿਲਕੁਲ ਠੀਕ ਹੋਣਾ। ਹਾਂ ਨਹੀਂ ਦੇਖੋ ਕਿੱਦਾਂ ਕਰਦੀ ਪਈ ਆ, ਤਰਸਦੀ ਪਈ ਆ, ਪਰ ਚੱਕ ਨਹੀਂ ਸਕਦੇ, ਬਹੁਤ ਜ਼ਿਆਦਾ ਤਰਸਦੀ ਪਈ ਆ ਕਿ ਮੈਂ ਚੱਕ ਲਓ, ਮੈਨੂੰ ਚੱਕ ਲਾ, ਮੈਨੂੰ ਚੱਕ ਲਾ। ਮੈਂ ਤਾਂ ਹੀ ਦੱਸ, ਮੈਂ ਲੈ ਕੇ ਨਹੀਂ ਆਇਆ, ਤੁਹਾਨੂੰ ਕਿਹਾ ਨਹੀਂ ਸੀ ਕਿ ਮੈਂ ਉਹ ਲੈ ਲੈਂਦਾ ਆਪਣਾ ਸੈਪਰੇਟ ਰੂਮ ਲੈ ਲੈਂਦਾ, ਮੈਂ ਕਿਹਾ ਜੇ ਲੈ ਲੈਂਦਾ ਇਹਨੇ ਤੁਹਾਨੂੰ ਹੀ ਚੁੰਬੜੇ ਰਹਿਣਾ ਸੀ, ਤੁਸੀਂ ਕਰ ਨਹੀਂ ਸਕਦੇ, ਇਹਨੇ ਰੋਈ ਜਾਣਾ ਸੀ, ਰੋਈ ਜਾਣਾ ਸੀ ਦੇਖ ਦੇਖ ਕੇ। ਹੁਣ ਤਾਂ ਜੇ ਮੈਂ ਸਾਈਡ 'ਤੇ ਲੈ ਜਾਊਂਗਾ ਇਹਨੂੰ, ਨਹੀਂ ਤਾਂ ਮੈਂ ਪੂਰਾ ਦਿਲ ਲਾ ਕੇ ਰੱਖਿਆ ਇਹਦਾ ਘਰੇ, ਪੂਰਾ ਦਿਲ ਲਾ ਕੇ ਰੱਖਿਆ, ਫੀਲ ਨਹੀਂ ਹੋਣ ਦਿੱਤਾ ਇਹਨੂੰ ਇੱਕ ਵਾਰ ਵੀ। ਹਾਂ ਉਹਦਾ ਛੱਡੋ ਤੁਸੀਂ, ਮੈਂ ਇਹਨੂੰ ਸੰਭਾਲ ਲੈਣਾ ਆ, ਤੁਸੀਂ ਆਪਣਾ ਗਲਤ ਪੈਰ ਤੱਕ ਪੂਰਾ ਖਿਆਲ ਰੱਖਿਓ, ਠੀਕ ਆ। ਸਵੇਰ ਤਾਂ ਕਹਿ ਰਹੇ ਆ, ਹਾਂ ਤੁਸੀਂ ਆਪਣਾ ਪੂਰਾ ਖਿਆਲ ਰੱਖਣਾ ਅਤੇ ਕਿਸੇ ਚੀਜ਼ ਦੀ ਵੀ ਟੈਨਸ਼ਨ ਨਹੀਂ ਲੈਣੀ, ਠੀਕ ਆ, ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ, ਸਭ ਕੁਛ ਠੀਕ ਹੋ ਜਾਣਾ। ਜਦੋਂ ਪਤਾ ਜ਼ਿੰਦਗੀ 'ਚ ਕਦੇ ਮਾਣਾ ਨਹੀਂ ਕੀਤਾ ਸਾਡਾ ਕਾਤੇ ਲੈ ਗਿਆ, ਸਮਝਦੇ ਨਾ ਤੁਹਾਨੂੰ, ਤੁਸੀਂ ਉਦੋਂ ਰੋਣ ਲੱਗ ਗਏ, ਤੁਹਾਨੂੰ ਉਦੋਂ ਵੀ ਸਮਝਾਇਆ ਸੀ, ਤੁਹਾਨੂੰ ਦੇਖ ਕੇ ਬਾਅਦ 'ਚ ਮੈਨੂੰ ਵੀ ਬਹੁਤ ਹੋਇਆ, ਪਰ ਕੋਈ ਗੱਲ ਨਹੀਂ, ਫਿਰ ਵੀ ਆਪਣਾ ਹੌਸਲਾ ਰੱਖਣਾ ਮੇਰਾ ਪੁੱਤ, ਠੀਕ ਆ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਾ, ਟੈਨਸ਼ਨ ਨਾ ਲਓ। ਨਾਲੇ ਖਾਧਾ ਪੀਤਾ ਕੁਛ? ਰੋਟੀ ਖਾ ਲਈ ਸੀ, ਫਰੂਟ ਫਰਾਟ ਖਾਧਾ ਸੀ, ਚਲੋ ਠੀਕ ਆ, ਚੰਗਾ ਖਾਇਓ ਪੀਓ ਰੱਜ ਕੇ, ਠੀਕ ਆ। ਮੈਂ ਤਾਂ ਚਲੋ ਨਹੀਂ ਖਾਧਾ ਸੀ ਹੁਣ ਤੱਕ, ਮੈਂ ਤੁਹਾਨੂੰ ਦੇਖ ਕੇ ਮੈਨੂੰ ਵਧੀਆ ਲੱਗਾ, ਮੈਂ ਹੁਣ ਖਾ ਲੂੰਗਾ, ਠੀਕ ਆ, ਚਲੋ ਠੀਕ ਆ, ਮੈਂ ਚੱਲਦਾ ਪੋਤੇ ਨੂੰ ਲੈ ਕੇ ਅਤੇ ਤੁਸੀਂ ਆਪਣਾ ਉਹ ਖਿਆਲ ਰੱਖਿਓ, ਓਕੇ। ਰੱਬਾ ਸਵੇਰੇ ਨਾ 6 ਵਜੇ ਆ, ਮੈਂ ਹੁਣ ਵੀ ਅੱਖ ਖੋਲ੍ਹੀ, ਮੇਰੀ ਸੁੱਤਾ ਵੀ ਲੇਟ ਬਹੁਤ ਜ਼ਿਆਦਾ ਆਇਆ, ਰਾਤ ਨੂੰ ਸੌਂਦੀ ਵੀ ਨਹੀਂ ਪਈ ਸੀਗੀ, ਬਹੁਤ ਔਖਾ ਸਲਾਇਆ ਸੀਗਾ ਇਹਨੂੰ, ਹੁਣ ਵੀ ਸਵੇਰੇ 6 ਵਜੇ ਆ। ਮੈਂ ਉੱਠਿਆ ਨੂੰ ਚੁੱਕ ਕੇ ਜੱਫੇ ਜੱਫੇ ਪਾਈਆਂ, ਚੁੱਪ ਵੀ ਕਰਵਾਇਆ, ਚੁੱਪ ਵੀ ਨਹੀਂ ਕਰਦੀ ਪਈ ਹੈਗੀ, ਉਹ ਚਲੋ ਉੱਠ ਕੇ ਦੇ ਦਿੱਤਾ, ਹੁਣ ਦੁੱਧ ਤੋਂ ਬਣਾ ਕੇ ਦੇ ਦਿੱਤਾ, ਇੱਕ ਵਾਰੀ ਚੁੱਪ ਕਰਦੀ ਕਦੇ ਨਹੀਂ ਕਰਦੀ, ਪਤਾ ਨਹੀਂ ਕੀ ਮਿਲਣਾ, ਛੋਆ ਕਰਕੇ ਇੱਦਾਂ ਕਰਦੀ ਪਈ ਆ, ਰਾਤੀ ਵੀ ਉਹਦੇ ਕਰਕੇ ਇੱਦਾਂ ਕਰਦੀ ਪਈ ਸੀ, ਵਾਰ ਵਾਰ ਲੱਭਦੀ ਪਈ ਸੀਗੀ ਉਹਨੂੰ, ਹੁਣ ਵੀ ਸਵੇਰੇ ਉਹਨੂੰ ਵੀ ਯਾਦ ਆਉਂਦੀ ਪਈ ਆ। ਕੱਲ੍ਹ ਰਾਤ ਨਾ ਮੈਨੂੰ ਇਸ ਕੁੜੀ ਨੇ ਇੰਨਾ ਤੰਗ ਕਰਿਆ, ਮੈਨੂੰ ਇੰਨਾ ਤੰਗ ਕਰਿਆ ਨਾ, ਮਤਲਬ ਤਾਂ ਦਿਨੇ ਤਾਂ ਬਿਲਕੁਲ ਬਹੁਤ ਵਧੀਆ ਰਹੀ ਹੈ, ਮੈਂ ਕਹਾਂ ਇੰਨੀ ਵੀ ਨਹੀਂ, ਮਤਲਬ ਹੈਗੀ ਬੁਰੀ, ਇੰਨੀ ਵੀ ਨਹੀਂ ਹੈਗੀ ਮੇਰੀ ਕੁੜੀ ਮਾੜੀ, ਬਹੁਤ ਸਿਆਣੀ ਹੋ ਗਈ ਵਾ, ਬਹੁਤ ਜ਼ਿਆਦਾ ਸਿਆਣੀ ਹੋ ਗਈ ਵਾ, ਹੈ ਨਾ, ਖਾ ਪੀ ਲਿਆ ਆਪਣਾ, ਦੁੱਧ ਦੁੱਧ ਪੀਤਾ, ਸਾਰਾ ਕੁਛ ਕੀਤਾ, ਰਾਤੀ ਕਾਰਟੂਨ ਕੂਰਟੂਨ ਦੇਖਦੀ ਰਹੀ, ਫਿਰ ਹੀ ਮੰਮਾ ਨੂੰ ਮੈਂ ਫੋਨ ਦੇ ਕੇ ਆਇਆ, ਹੈ ਨਾ, ਫੋਨ 'ਤੇ ਗੱਲ ਗੁੱਲ ਕੀਤੀ ਰਾਤ ਨੂੰ, ਹੈ ਨਾ, ਥੋੜ੍ਹਾ ਹੌਸਲਾ ਦਿੱਤਾ ਉਹਨੂੰ ਮੈਂ, ਵੀ ਕੋਈ ਗੱਲ ਨਹੀਂ ਪੁੱਤ ਮੇਰਾ, ਟੈਨਸ਼ਨ ਲੈਣੀ, ਸਭ ਪਰਮਾਤਮਾ ਬੈਠਾ ਉੱਪਰ ਸਭ ਠੀਕ ਕਰਨੇ ਵਾਲਾ, ਹੈ ਨਾ, ਵੀ ਕਿਸੇ ਗੱਲ ਦੀ ਪੁੱਤ ਮੇਰਾ ਫਿਕਰ ਨਾ ਕਰੀ ਤੂੰ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਾ ਆ।
ਉਦੋਂ ਤੱਕ ਤਾਂ ਚਲੋ ਠੀਕ ਰਹੀ ਇਹ ਹੈ ਨਾ, ਪਰ ਤਾਂ ਜਦੋਂ ਰਾਤ ਨੂੰ ਹੁੰਦਾ ਇੱਕ ਬੱਚੇ ਨੂੰ ਕਿ ਆਪਣੇ ਮਾਂ ਦੀ ਆਦਤ ਪਈ ਹੋਈ ਆ ਨਾ, ਅਤੇ ਇੱਦਾਂ ਹੀ ਰਾਤ ਨੂੰ ਉਹਨੂੰ ਬੜੀ ਯਾਦ ਆਈ, ਬਹੁਤ ਮਿਸ ਕਰਨ ਲੱਗ ਗਈ ਉਹਨੂੰ, ਹੈ ਨਾ, ਰੋਣ ਲੱਗ ਗਈ, ਹੈ ਨਾ, ਮੈਨੂੰ ਜੱਫੀਆਂ ਪਾਵੇ ਕਿ ਮੈਨੂੰ ਛੱਡ ਨਾ ਇੱਕ ਮਿੰਟ ਲਈ ਵੀ, ਮੈਨੂੰ ਜੱਫੀ ਪਾ ਕੇ ਰੱਖ ਬਸ ਵੀ ਮੇਰੇ ਕੋਲੋਂ ਦੂਰ ਨਾ ਜਾ ਇੱਕ ਸਕਿੰਟ ਲਈ, ਮੈਂ ਦੁੱਧ ਬਣਾਉਣ ਵੀ ਨਾ ਜਾਵਾਂ, ਉਹਨੂੰ ਦੁੱਧ ਬਣਾਉਣ ਵੀ ਨਾ ਜਾਣ ਦੇਵੇ ਮੈਨੂੰ, ਕਿੰਨਾ ਟਾਈਮ ਇੱਦਾਂ ਰੱਖਿਆ। ਫਿਰ ਮਸੀਂ ਕਦੇ ਸੁਲਾਇਆ ਮਾੜਾ ਮੋਟਾ ਇਹਨੂੰ, ਮੈਂ ਅੱਧਾ ਕੁ ਘੰਟਾ ਸੁੱਤੀ ਹੋਣੀ ਮੇਰੇ ਖਿਆਲ ਨਾਲ ਇਹ, ਫਿਰ ਉਹਨਾਂ ਤਾਂ ਮੈਂ ਪਹਿਲਾਂ ਹੀ ਕਹਿ ਤਾ ਸੀਗਾ ਮੈਂ ਤੁਸੀਂ ਸੌਂ ਜਾਓ, ਕਿਉਂਕਿ ਉਹ ਪਹਿਲਾਂ ਵੀ ਇੱਕ ਦਿਨ ਸੁੱਤੇ ਨਹੀਂ ਸੀਗੇ, ਮੈਂ ਕਿਹਾ ਤੁਸੀਂ ਰੈਸਟ ਕਰੋ, ਤੁਹਾਨੂੰ ਰੈਸਟ ਕਰਨੀ ਬਹੁਤ ਜ਼ਰੂਰੀ ਹੈ। ਅਤੇ ਫਿਰ ਮੈਂ ਦੁੱਧ ਬਣਾਇਆ ਇਹਦਾ, ਫਿਰ ਉੱਠ ਗਈ ਇਹ, ਉਸ ਤੋਂ ਬਾਅਦ ਤਾਂ ਸੁੱਤੀ ਨਹੀਂ ਦੋ ਤਿੰਨ ਘੰਟੇ, ਮਸੀਂ ਜਾ ਕੇ ਸੁੱਤੀ ਜਾ ਕੇ 4:30 ਤੱਕ, ਅਤੇ ਉਹ ਵੀ ਰੋ ਰੋ ਕੇ ਜੱਫੀਆਂ ਜੁੱਫੀਆਂ ਪਾ ਕੇ, ਮੈਂ ਮਸੀਂ ਕਿਤੇ ਪਿਆਰ ਕਰਕੇ ਉਹਨੂੰ ਮੈਂ ਸਲਾਇਆ ਵਿਚਾਰੀ ਨੂੰ। ਫਿਰ ਉੱਠ ਗਈ ਜਾ ਕੇ ਸਵੇਰੇ 7:30 ਉੱਠ ਗਈ ਸੀ, 7:30-8 ਤੱਕ ਉੱਠ ਕੇ ਫਿਰ ਸਵੇਰੇ ਰੋਣ ਲੱਗ ਪਈ ਮੰਮਾ ਨੂੰ ਯਾਦ ਕਰਕੇ, ਅਤੇ ਫਿਰ ਮੈਂ ਜੱਫੀ ਪਾਈ ਇਹਨੂੰ, ਫਿਰ ਵਿਚਾਰੀ ਚੁੱਪ ਕੀਤੀ ਆ। ਹੁਣ ਬਹਿ ਕੇ ਆਰਾਮ ਨਾਲ ਸੀਪ ਖਾਣ ਲੱਗੀ ਹੋਈ ਆ, ਅਤੇ ਇਹਦਾ ਮੈਂ ਡਾਇਪਰ ਵਗੈਰਾ ਚੇਂਜ ਕਰਨਾ, ਦੁੱਧ ਦੁੱਧ ਪਿਲਾਉਣਾ ਇਹਨੂੰ, ਪਤਾ ਨਹੀਂ ਬਾਹਰ ਕਿਹਨੂੰ ਵਾਜਾਂ ਮਾਰੀ ਜਾ ਰਹੀ ਹੈ। ਮੰਮਾ ਨੂੰ ਮਿਲਣ ਚੱਲੇ ਬੁੱਗੇ ਆਪਾਂ, ਜਦੋਂ ਮੰਮਾ ਨੂੰ ਮਿਲਣ ਚੱਲੇ ਹਾਂ ਆਪਾਂ। ਅੱਛਾ, ਬਾਕੀ ਹੁਣ ਮੈਂ ਵੀ ਉੱਠ ਕੇ ਆ ਗਿਆ ਸਵੇਰ ਨੂੰ, ਮੂੰਹ ਹੱਥ ਧੋ ਕੇ ਬ੍ਰਸ਼ ਬਰੁਸ਼ ਕਰਕੇ ਆਪਣਾ ਆ ਗਏ ਹਾਂ, ਅਤੇ ਹੁਣ ਮੈਂ ਚੱਲਿਆ ਹਾਂ ਹੌਸਪਿਟਲ ਦੇ ਕੋਲ, ਪਹੁੰਚ ਗਿਆ ਬਸ, ਬਾਹਰ ਲਾਗੇ ਆ ਗਿਆ, ਬਾਹਰ ਹੀ ਹਾਂ, ਅਤੇ ਅੰਦਰ ਚੱਲੇ ਹਾਂ। ਫਿਰ ਉਹਨਾਂ ਨੇ ਫੋਨ ਕਰ ਦਿੱਤਾ ਸੀਗਾ ਮੈਨੂੰ ਕਿ ਫਾਈਲ ਲੈ ਕੇ ਆ ਜਾਓ, ਵੈਸੇ ਤਾਂ ਛੁੱਟੀ ਤਾਂ ਕਹਿੰਦੇ ਸੀਗੇ 24 hours ਤੱਕ ਮਿਲਣੀ ਹੈ ਨਾ, ਮੈਨੂੰ ਫਿਰ ਫੋਨ ਕੀਤਾ ਸੀ ਸਵੇਰੇ ਵੀ ਚਾਹੇ ਜਲਦੀ ਦੇ ਰਹੇ ਛੁੱਟੀ ਹੈ ਨਾ, ਅਤੇ ਬਾਅਦ 'ਚ ਕਹਿੰਦੇ ਆ ਵਾਹ ਫੋਨ ਆਇਆ ਮੈਨੂੰ ਕਿ ਸ਼ਾਇਦ ਵੀ ਅੱਜ ਨਾ ਮਿਲੇ, ਕੁਛ ਕਹਿ ਨਹੀਂ ਸਕਦੇ, ਬਾਕੀ ਪਤਾ ਨਹੀਂ ਮੈਨੂੰ। ਹੁਣ ਜਾ ਕੇ ਮੈਂ ਗੱਲ ਕਰਦਾ ਡਾਕਟਰ ਨਾਲ, ਗੱਲ ਕਰਦਾ ਵੀ ਕੀ ਗੱਲ ਹੈਗੀ ਕੀ ਨਹੀਂ, ਸਾਰਾ ਕੁਛ ਪੁੱਛਦਾ ਹੈ ਨਾ, ਵੀ ਕਹਿੰਦੇ ਕਿ ਜੋ ਕੱਲ੍ਹ ਪ੍ਰੋਬਲਮ ਸੀਗੀ ਉਹ ਤਾਂ ਸੀਗੀ, ਇੱਕ ਹੋਰ ਪ੍ਰੋਬਲਮ ਹੋ ਗਈ ਵਾ, ਰੱਬ ਜਾਣੇ ਯਾਰ, ਮੈਨੂੰ ਸੱਚੀ ਡਰ ਬਹੁਤ ਜ਼ਿਆਦਾ ਲੱਗਦਾ ਪਿਆ ਆ, ਵੀ ਇੱਕ ਤਾਂ ਉੱਤੋਂ ਡਰ ਬਹੁਤ ਲੱਗਣ ਡਿਆ ਸੀ, ਉੱਤੋਂ ਇੱਕ ਹੋਰ ਪ੍ਰੋਬਲਮ ਦੱਸ ਦਿੱਤੀ ਆ। ਵਾਹਿਗੁਰੂ ਜੋ ਵੀ ਆ ਪਰਮਾਤਮਾ ਸਭ ਠੀਕ ਰੱਖੀ ਯਾਰ, ਕੁਛ ਨਾ ਮਤਲਬ ਵਾਹਿਗੁਰੂ ਸਭ ਠੀਕ ਰੱਖੀ, ਸਭ ਵਧੀਆ ਕਰਦੀ, ਸਭ ਚੰਗਾ ਕਰਦੇ ਵੀ, ਕੁਛ ਨਾ ਹੋਣ ਦੀ ਮਾੜਾ। ਅਤੇ ਮੇਰਾ ਜੈਵ ਪੁੱਤ ਵੀ ਵਿਚਾਰਾ ਕੱਲ੍ਹ ਦਾ ਇੱਦਾਂ ਕੱਟਿਆ ਯਾਰ, ਪਹਿਲੀ ਵਾਰੀ ਜ਼ਿੰਦਗੀ 'ਚ ਹੋਇਆ ਵੀ ਕਿਤੇ ਮੇਰੇ ਨਾਲ ਰਹੀ ਹੈ ਇਕੱਲੀ 24 hours ਹੋ ਗਏ। ਕੋਈ ਗੱਲ ਨਹੀਂ, ਮੈਂ ਸੰਭਾਲ ਤਾਂ ਲੈਣਾ ਆਪਣੇ ਪੁੱਤ ਨੂੰ, ਕੋਈ ਗੱਲ ਨਹੀਂ, ਅਤੇ ਕੱਲ੍ਹ ਸੰਭਾਲ ਲਿਆ, ਮੈਂ ਅੱਜ ਵੀ ਸੰਭਾਲ ਲੂੰਗਾ। ਹੁਣ ਮੈਂ ਚੱਲਿਆ ਬਸ, ਅਤੇ ਜਾ ਕੇ ਮਿਲਦਾ ਫਿਰ ਉਹਨਾਂ ਨੂੰ। ਉਹ ਵਿਚਾਰੀ ਕਹਿੰਦੀ ਕਿ ਹਾਏ ਮੈਨੂੰ ਨਾ ਦਿਖਾਇਓ ਇਹਨੂੰ, ਵੀ ਦਿਖਾਇਆ ਤਾਂ ਰੋਣ ਲੱਗ ਜਾਣਾ, ਮੈਂ ਤੋਂ ਦੇਖ ਨਹੀਂ ਹੋਣਾ ਹੈਗਾ, ਵੀ ਬਹੁਤ ਔਖਾ ਮੈਂ ਸੀ, ਮਤਲਬ ਅਸੀਂ ਕਿਤੇ ਮਤਲਬ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਸੀਗੀ ਇਹਨੂੰ, ਪਤਾ ਨਹੀਂ ਕਿੱਦਾਂ ਮੈਂ ਆਪਣਾ ਟਾਈਮ ਕੱਟਿਆ, ਠੀਕ ਆ। ਅਤੇ ਇੱਕ ਤਾਂ ਦਰਦ ਹੋਣ ਲੱਗੀ ਸੀਗੀ, ਉੱਤੋਂ ਮੈਨੂੰ ਯਾਦ ਆਉਣ ਲੱਗੀ ਹੋਈ ਸੀਗੀ ਇਹਦੀ, ਅਤੇ ਮੈਨੂੰ ਪਤਾ ਨਹੀਂ ਕਿੱਦਾਂ ਔਖਾ ਟਾਈਮ ਕੱਟਿਆ। ਕਹਿੰਦੀ ਜੇ ਮੈਂ ਉਹਨੂੰ ਦੇਖਿਆ ਮੈਂ ਰੋਈ ਮੇਰੇ ਸਾਹਮਣੇ ਆਏ, ਮੈਨੂੰ ਹੋ ਬਹੁਤ ਹੋਰ ਤਰ੍ਹਾਂ ਹੋਣੀ ਹੈ, ਹੋਰ ਜ਼ਿਆਦਾ ਹੋਰ ਤਰ੍ਹਾਂ ਹੋਣੀ ਹੈ। ਮੈਂ ਕੋਈ ਗੱਲ ਨਹੀਂ, ਮਾੜਾ ਮੋਟਾ ਮੈਂ ਤੁਹਾਨੂੰ ਦੂਰੋਂ ਦਿਖਾ ਦੂੰਗਾ, ਚੱਲ ਮੈਂ ਕਹਿੰਦਾ ਇੱਦਾਂ ਲੱਗ ਗਿਆ ਨਾ, ਮੈਂ ਦਿਖਾਊਂਗਾ ਜੇ ਰੋਈ ਤਾਂ ਤੁਹਾਨੂੰ ਪਤਾ ਹੀ ਆ ਨਾ, ਸਮਝ ਸਕਦੇ ਨਾ ਤੁਸੀਂ, ਹੁਣ ਫਿਰ ਉਹਨਾਂ ਤੱਕ ਦੀ ਰਹੀ ਨਹੀਂ ਇੱਥੋਂ ਬਿਨਾਂ ਇੱਕ ਮਿੰਟ ਵੀ। ਹੁਣ ਆਪਾਂ ਚੱਲੇ ਹਾਂ ਬਸ ਅੰਦਰ, ਠੀਕ ਆ, ਅਤੇ ਜਾ ਕੇ ਦੱਸਦਾ ਤੁਹਾਨੂੰ ਕੀ ਵਾਰ ਹੋਈ ਕੀ ਨਹੀਂ। ਸ਼ਾਇਦ ਅੱਜ ਦਾ ਵਲੋਗ ਇੱਥੇ ਖਤਮ ਹੋ ਜਾਵੇ, ਅਤੇ ਮੈਂ ਕੱਲ੍ਹ ਨੂੰ ਹੀ ਬਣਾਵਾਂ ਵਲੋਗ, ਕਿਉਂਕਿ ਮੇਰੇ ਕੋਲ ਇੱਕ ਤਾਂ ਸਿੱਧੀ ਜਿਹੀ ਗੱਲ ਇੰਨਾ ਟਾਈਮ ਨਹੀਂ ਹੈਗਾ ਇਸ ਟਾਈਮ 'ਤੇ, ਦੂਜੀ ਗੱਲ ਥੋੜ੍ਹਾ ਜਿਹਾ ਪਰੇਸ਼ਾਨ ਆ, ਟੈਨਸ਼ਨ 'ਚ ਆ, ਤਾਂ ਕਰਕੇ। ਬਾਕੀ ਤੁਸੀਂ ਸਾਡੀ ਮੇਰੀ ਫੈਮਿਲੀ ਆ, ਫਿਰ ਉਹਨਾਂ ਦੀ ਫੈਮਿਲੀ ਆ ਨਾ, ਜੈਵ ਦੀ ਫੈਮਿਲੀ ਆ, ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ, ਸੋ ਜਿੱਥੇ ਤੁਹਾਨੂੰ ਖੁਸ਼ਖਬਰੀ ਗਾਹ ਵੀ ਦੇਣੀ ਸੀਗੀ, ਠੀਕ ਆ, ਹੈ ਨਾ। ਬਾਕੀ ਹੁਣ ਜੋ ਹੈਗਾ ਸੱਚ ਹੈਗਾ ਦੱਸਣਾ ਤਾਂ ਸ਼ੇਅਰ ਤਾਂ ਕਰਨਾ ਪੈਣਾ ਸੀਗਾ ਤੁਹਾਡੇ ਨਾਲ, ਹੈ ਨਾ, ਅੱਜ ਨਹੀਂ ਕੀਤਾ ਕੱਲ੍ਹ ਤੋਂ ਦੱਸਣਾ ਤਾਂ ਪੈਣਾ ਸੀ। ਬਾਕੀ ਜਿਸ ਮੇਰੀ ਫੈਮਿਲੀ ਹੈ ਨਾ, ਤੁਹਾਡੇ ਨਾਲ ਤਾਂ ਮੈਂ ਗੱਲ ਕਰਨੀ ਹੀ ਕਰਨੀ ਸੀ, ਤੁਹਾਨੂੰ ਦੱਸਿਆ ਸੀ, ਖੁਸ਼ਖਬਰੀ ਦੇਣੀ ਸੀਗੀ। ਚਲੋ
ਵਾਹਿਗੁਰੂ ਨੇ ਜੋ ਕੀਤਾ ਹੁਣ ਰੱਬ ਜਾਣੇ ਜੋ ਕਹਿੰਦੇ ਹੁੰਦੇ ਕਿ ਚਲੋ ਜੋ ਕਰਦਾ ਪਰਮਾਤਮਾ ਚੰਗੇ ਲਈ ਕਰਦਾ, ਆਪਾਂ ਮਾੜਾ ਨਹੀਂ ਸੋਚਣਾ ਕਦੀ ਵੀ, ਵਾਹਿਗੁਰੂ ਜੋ ਕਰੂੰਗਾ ਚੰਗਾ ਹੀ ਕਰੂੰਗਾ। ਸੋ ਪੋਜ਼ਿਟਿਵ ਰਹਿਣਾ, ਸਭ ਵਧੀਆ ਹੋਊਗਾ, ਕੋਈ ਗੱਲ ਨਹੀਂ, ਜੋ ਹੋਊਗਾ ਠੀਕ ਹੋਊਗਾ। ਹੁਣ ਬਸ ਚੱਲਿਆ ਮਿਲਣ, ਅਤੇ ਸ਼ਾਇਦ ਅੱਜ ਦਾ ਵਲੋਗ ਇੱਥੇ ਤੱਕ ਖਤਮ ਹੋ ਜਾਵੇ, ਠੀਕ ਹੈ। ਅਤੇ ਹੁਣ ਕੱਲ੍ਹ ਨੂੰ ਵਲੋਗ ਬਣਾਊਂਗਾ ਮੈਂ ਸ਼ਾਇਦ। ਅਤੇ ਸਾਰਿਆਂ ਨੇ ਆਪਣਾ ਖਿਆਲ ਰੱਖਿਓ, ਠੀਕ ਹੈ, ਅਤੇ ਦੁਆ ਜ਼ਰੂਰ ਕਰਿਓ ਕਿ ਸਭ ਕੁਛ ਵਧੀਆ ਹੋ ਜਾਵੇ, ਮੇਰਾ ਬੇਬੀ ਅਤੇ ਮੇਰੀ ਜਾਨ ਫਿਰ ਉਹਨਾਂ ਦੋਨੇ ਜਣੇ ਠੀਕ ਹੋਣ, ਬਿਲਕੁਲ ਸਭ ਵਧੀਆ ਹੋ ਜਾਵੇ। ਸਾਰੇ ਜਣੇ ਵਾਹਿਗੁਰੂ ਅੱਗੇ, ਅੱਲਾ ਅੱਗੇ, ਠੀਕ ਹੈ, ਸਭ ਅੱਗੇ, ਜੋ ਵੀ ਹੈ ਨਾ, ਜੇ ਅਸੀਂ ਭਗਵਾਨ ਨੂੰ ਤੁਸੀਂ ਮੰਨਦੇ ਹਾਂ, ਠੀਕ ਹੈ, ਪਰਮਾਤਮਾ ਇੱਕ ਹੈ ਤੁਹਾਨੂੰ ਪਤਾ, ਬਾਕੀ ਸਾਰਿਆਂ ਨੂੰ ਸਾਰੇ ਜਣੇ ਦੁਆ ਜ਼ਰੂਰ ਕਰਿਓ, ਠੀਕ ਆ, ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਓ। ਬਸ ਇਹ ਕਹਿਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ, ਬਸ ਮੈਨੂੰ ਬਸ ਤੁਹਾਡੇ ਦੋਵਾਂ ਦੀ ਲੋੜ ਹੈ ਇਸ ਟਾਈਮ 'ਤੇ, ਹੋਰ ਕੁਛ ਨਹੀਂ, ਬਸ ਮੇਰਾ ਬੱਚਾ ਅਤੇ ਮੇਰੀ ਜਾਨ ਬਿਲਕੁਲ ਠੀਕ ਹੋ ਜਾਵੇ। ਮੈਨੂੰ ਪਤਾ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਆ, ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪੇਅਰ ਕਰਨੀ ਆ ਵੀ ਜਲਦੀ ਜਲਦੀ ਫਿਰ ਜਿਹੜੀ ਠੀਕ ਹੋ ਜਾਣ, ਬੇਬੀ ਠੀਕ ਹੋ ਜਾਵੇ, ਹੈ ਨਾ, ਕੋਈ ਦਿੱਕਤ ਨਾ ਆਵੇ। ਮੈਨੂੰ ਪਤਾ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਆ, ਬਸ ਇੱਦਾਂ ਕਰਦੇ ਰਹੋ, ਠੀਕ ਆ। ਬਹੁਤ ਜ਼ਿਆਦਾ ਸਾਨੂੰ ਹੌਸਲਾ ਆਇਆ ਤੁਹਾਡਾ, ਬਹੁਤ ਜ਼ਿਆਦਾ। ਚਲੋ ਠੀਕ ਆ, ਤੁਹਾਨੂੰ ਮੈਂ ਹੁਣ ਕੱਲ੍ਹ ਮਿਲਦਾ ਹਾਂ ਅਤੇ